ਖੁੱਲੀ ਬਹਿਸ ਕਰੋ ਮੀਡੀਆ ਦੇ ਸਾਹਮਣੇ ਸਰ, ਇਹਦੇ ਬਾਰੇ ਤਾਂ ਫਿਰ ਆਪਾਂ ਕੀ ਕਰਨਾ ਹੈ? ਸਰ ਜਨਾ ਜੀ ਲੁਧਿਆਣਾ ਹੁਣ ਸਾਰਾ ਤੇ ਚਾਰ ਦਫ਼ਤਰ ਨੇ ਜੀ, ਮੈਂ ਤੇ ਆਪਣਾ ਦਫ਼ਤਰ ਮਤਲਬ ਗੱਲ ਕਰ ਸਕਦੇ ਨੇ ਜੀ? ਨਹੀਂ ਨਹੀਂ ਮੇਰੀ ਗੱਲ ਸੁਣੋ, ਖੁੱਲੀ ਬਹਿਸ ਹੈਗੀ ਉਹ ਤਾਂ ਹਾਇਰ ਅਥਾਰਟੀ 'ਚ ਕਰ ਸਕਦੇ ਨੇ, ਹਾਇਰ ਅਥਾਰਟੀ 'ਚ ਫਿਰ ਕੀ ਕਹਿੰਦੇ, ਫਿਰ ਆਪਾਂ ਫਿਰ ਸਾਡਾ ਇੱਕ ਡੇਢ ਘੰਟੇ ਤੋਂ ਸਾਰਿਆਂ ਦਾ ਟਾਈਮ ਖਰਾਬ ਕੀਤਾ, ਆਫਿਸਰ ਦਾ, ਮੀਡੀਆ ਦਾ, ਮੇਰਾ, ਠੀਕ ਆ, ਫਿਰ ਤੁਸੀਂ ਉੱਥੇ ਜਵਾਬ ਦਿੰਦੇ ਜੇ ਜਵਾਬ ਹੀ ਨਹੀਂ ਕੋਈ ਦੇਣਾ? ਸਰ ਸੀਓਡੀ ਤੁਹਾਡਾ ਕਿੰਨਾ ਆ ਰਿਹਾ ਦੇਖਿਆ? ਸਰ ਮੈਂ ਜਵਾਬ ਦੀ ਗੱਲ ਨਹੀਂ ਕਰ ਰਿਹਾ, ਮੈਂ ਇਹ ਗੱਲ ਕਰ ਰਿਹਾ ਵੀ ਦੇਖੋ ਲੁਧਿਆਣੇ ਦੇ ਵਿੱਚ ਚਾਰ ਦਫ਼ਤਰ ਨੇ, ਮੈਂ ਤੇ ਆਪਣੇ ਦਫ਼ਤਰ ਦੇ ਨਾਲ ਸੰਬੰਧ ਦੱਸ ਸਕਦਾ ਨਾ ਜੀ, ਜੇ ਕੋਈ ਖੁੱਲੀ ਬਹਿਸ ਹੈ ਇਹਦਾ। ਇੱਥੇ ਕਿਹਦਾ ਦਫ਼ਤਰ ਆ? ਇੱਥੇ ਸਰ ਇੰਚਾਰਜ ਚੀਫ ਇੰਜੀਨੀਅਰ ਸਾਹਿਬ ਨੇ ਜੀ ਲੁਧਿਆਣੇ ਦੇ। ਫਿਰ ਤੁਸੀਂ ਹੈ ਨਹੀਂ ਨਾ, ਫਿਰ ਤੁਸੀਂ ਇੱਥੇ ਹੈ ਨਾ? ਬੁੱਢੇ ਨਾਲੇ ਦੇ ਬਾਰੇ ਵੀ ਜਿਹੜਾ ਕੰਮ ਹੈਗਾ ਉਹ ਅਸੀਂ ਦੇਖਦੇ ਹਾਂ ਜੀ। ਚੀਫ ਇੰਜੀਨੀਅਰ ਸਾਹਿਬ ਨੂੰ ਅੱਜ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਹੋਇਆ, ਦੁਪਹਿਰੇ ਮੀਟਿੰਗ ਹੈ ਜੀ, ਇਸ ਲਈ ਬੁਲਾਇਆ ਹੋਇਆ ਜੀ। ਬਿਲਕੁਲ ਜੀ, ਅਸੀਂ ਸਾਹਿਬ ਵੀ ਉਧਰ ਗਏ ਹੋਏ ਨੇ ਜੀ, ਇਸ ਕੰਮ ਲਈ ਬਹੁਤ ਜ਼ਿਆਦਾ ਸੀਰੀਅਸ ਨੇ, ਬਿਲਕੁਲ ਜੀ, ਠੀਕ ਹੈ। ਉਹਨਾਂ ਨੇ ਮੇਰੀ ਡਿਊਟੀ ਲਾਈ ਆ ਵੀ ਲੁਧਿਆਣਾ ਸਾਹਿਬ ਮੈਂ ਕਰਦਾ ਸੋਨਿਆਲ, ਠੀਕ ਹੈ ਨਾ? ਇੱਕ ਮਿੰਟ ਜੀ, ਉਧਰ ਮਾਜੋ ਮੁੱਖ ਮੰਤਰੀ ਸਾਹਿਬ ਲੱਗੇ ਆ, ਉਧਰ ਉਹਨਾਂ ਦਾ ਮੈਂ ਜੂਨੀਅਰ ਲੱਗਿਆ ਜੀ, ਬਿਲਕੁਲ ਜੀ। ਅਸੀਂ ਰਲ ਕੇ ਬੁੱਢਾ ਨਾਲਾ ਸਾਫ਼ ਕਰਾਉਣਾ, ਇੱਥੇ ਕੋਈ ਰਾਜਨੀਤੀ ਨਹੀਂ, ਸਾਰੇ ਡਿਪਾਰਟਮੈਂਟ ਹੀ ਰਲ ਮਿਲ ਕੇ ਕੰਮ ਕਰ ਰਹੇ ਨੇ ਜੀ। ਇੱਕ ਆਪਣੀ ਜਿਹੜੀ ਬਾਡੀ ਲੈਂਗੁਏਜ ਹੈ ਉਹਨੂੰ ਥੋੜ੍ਹਾ ਸਲੋ ਰੱਖੋ ਸਰ, ਹਾਊ ਟੂ ਟਾਕ ਵਿਦ, ਓਕੇ, ਪਹਿਲੀ ਗੱਲ ਜੀ, ਬਿਲਕੁਲ ਜੀ, ਹੈ ਜੀ। ਕੀ ਨਾਂ ਤੁਹਾਡਾ? ਗੁਰਮੀਤ ਸਿੰਘ। ਨੋਟ ਕਰੀ ਯਾਰ ਨਾਮ, ਹਾਂਜੀ ਚੱਲੀ, ਇਹਨਾਂ ਦਾ ਡੈਜੀਗਨੇਸ਼ਨ ਨੋਟ ਕਰੋ। ਤੇ ਜੇ ਆਪਾਂ ਕੁਝ ਜਵਾਬ ਸਵਾਲ ਹੀ ਨਹੀਂ ਕਰ ਸਕਦੇ, ਫਿਰ ਆਪਾਂ ਇੱਥੇ ਕਰਨ ਕੀ ਆ? ਸਵਾਲ ਜਵਾਬ ਇਹ ਤਾਂ ਨਾ ਜੀ, ਤੁਸੀਂ ਕਿਹਾ ਖੁੱਲੀ ਬਹਿਸ ਦੀ ਗੱਲ ਕੀਤੀ ਹੈ, ਬਿਲਕੁਲ ਕਰਾਂਗੇ। ਜਦ ਤੁਸੀਂ ਕਿਸੇ ਗੱਲ ਦਾ ਸਾਨੂੰ ਜਵਾਬ ਨਹੀਂ ਦੇ ਰਹੇ ਯਾਰ, ਸਰ ਮੈਂ ਸਾਨੂੰ ਕਿਸੇ ਗੱਲ ਦਾ ਜਵਾਬ ਨਹੀਂ, ਸਾਨੂੰ ਮੂਰਖ ਬਣਾ ਰਹੇ ਹੋ ਤੁਸੀਂ। ਮੈਂ ਵੀ ਤਾਂ ਇਹੀ ਕਹਿ ਰਿਹਾ, ਅਸੀਂ ਪੜ੍ਹੇ ਲਿਖੇ ਹਾਂ ਯਾਰ, ਮੈਂ ਵੀ ਤਾਂ ਇਹੀ ਕਹਿ ਰਿਹਾ ਨਾ ਜੀ। ਤੁਸੀਂ ਲਿਖਣ ਲੱਗੇ ਸਾਰੇ ਪ੍ਰਦੂਸ਼ਣ ਬੋਰਡ ਦਾ, ਸਾਰੇ ਪੰਜਾਬ ਦੇ ਵਿੱਚ ਪੰਜਾਬ ਦਾ ਹੀ ਗੱਲ ਕਰੋ ਤੁਸੀਂ, ਕਰੋ ਤੁਸੀਂ ਜੀ। ਸਰਕਾਰ ਸਾਡੀ ਬਦਨਾਮ ਹੋਵੇ ਹੈ ਕਿਉਂ? ਕੋਈ ਗੱਲ ਨਹੀਂ, ਚਲੋ ਜੀ ਲਿਖੋ ਜੀ ਇਹਨਾਂ ਬਾਰੇ। ਮੈਂ ਸਰ ਇਕੱਲੀਆਂ ਡਾਈਗਾਂ ਦਾ ਪੈਣੀ ਬੁੱਢੇ ਨਾਲ 'ਚ ਪੈਂਦਾ ਸਰ, ਗੋਬਰ ਦਾ ਵੀ ਤਾਂ ਆਉਂਦਾ, ਉਸ ਤੋਂ ਇਲਾਵਾ ਤੀਜੀ ਚੀਜ਼ ਨਹੀਂ ਇੱਕ ਚੀਜ਼ ਹੋਰ ਛੁਪੀ ਹੋਈ ਆ ਸਰ, ਉਹ ਪੋਲਿਊਸ਼ਨ ਵਾਲੇ ਆ ਜਾਣ ਮੈਂ ਫਿਰ ਬੋਲੂੰਗਾ ਸਰ, ਰਾਈਟ? ਉਹਦੇ 19 ਭਾਗੀਦਾਰ ਤੁਸੀਂ ਹੋ, ਕਾਰਨ ਤੁਸੀਂ ਇੰਨਾ ਪੈਸਾ ਸਾਡਾ ਸਰਕਾਰ ਦਾ ਖਰਾਬ ਕੀਤਾ ਲੋਕਾਂ ਦਾ, ਔਰ ਰਿਜ਼ਲਟ ਜ਼ੀਰੋ। ਆਹ ਦੇਖ ਲਓ ਤੁਹਾਡੇ ਸਾਹਮਣੇ ਆ, ਮੈਂ ਨਹੀਂ ਕਹਿ ਰਿਹਾ ਸਰ, ਜਵਾਬ ਨੀ ਬੋਲਤਾ ਉਹਦੇ ਕੰਮ ਦੇ ਪਏ ਸੀ, ਰਾਈਟ? ਜਦੋਂ ਤੁਸੀਂ ਕੋਈ ਗੱਲ ਦਾ ਜਵਾਬ ਨਹੀਂ ਦੇ ਸਕਦੇ ਫਿਰ ਤੁਸੀਂ ਇੱਥੇ ਆਏ ਕੀ ਕਰਨ ਹੋ? ਅਸੀਂ ਤਾਂ ਤੁਹਾਡੇ ਤੋਂ ਜਵਾਬ ਮੰਗਦੇ ਹਾਂ ਭਾਈ, ਸਾਡੀ ਸਰਕਾਰ, ਤੁਸੀਂ ਲੋਕ ਕਿਉਂ ਬਦਨਾਮ ਕਰਦੇ ਹੋ? ਉੱਧਰ ਮਾਨ ਸਾਹਿਬ ਕੰਮ ਕਰ ਰਹੇ ਨੇ ਬੁੱਢੇ ਨਾਲੇ ਨੂੰ ਸਾਫ਼ ਕਰਨੀ, ਅੱਜ ਵੀ ਚੀਫ ਇੰਜੀਨੀਅਰ ਸਾਹਿਬ ਉੱਥੇ ਬੁਲਾਏ ਹੋਏ ਨੇ, ਅਤੇ ਇੱਧਰ ਮੈਂ ਲੱਗਿਆ ਹੋਇਆ, ਅਸੀਂ ਵੀ ਇੱਥੋਂ ਰਿਪੋਰਟ ਭੇਜਣੀ ਆ ਭਾਈ, ਇਹ ਥੱਲੇ ਆਇਆ ਜੂਨੀਅਰ, ਅਸੀਂ ਉਹਨਾਂ ਦੇ, ਅਸੀਂ ਰਿਪੋਰਟ ਗ੍ਰਾਸਰੂਟ ਦੀ ਐਕਚੁਅਲ ਰਿਪੋਰਟ ਦੇਣ ਲਈ ਸਾਨੂੰ ਕਿਹਾ ਗਿਆ ਮਾਨ ਸਾਹਿਬ ਵੱਲੋਂ। ਅਤੇ ਜੇ ਅੱਜ ਇਹ ਉੱਠ ਕੇ ਅਫਸਰ ਸਾਨੂੰ ਅੱਖਾਂ ਕੱਢਣਗੇ ਇਹ ਵਾਲੇ, ਜਿਹੜੇ ਤਾਂ ਨਾਲੇ ਤਾਂ ਕੰਮ ਕਰਦੇ ਨੇ ਸਾਰਾ ਪੁੱਠਾ ਇਹਦਾ, ਫਿਰ ਤੁਸੀਂ ਇੱਦਾਂ ਦੀ ਗੱਲ ਕਰਦੇ ਹੋ, ਰਾਈਟ? ਅਤੇ ਕੋਈ ਗੱਲ ਨਹੀਂ, ਇਹ ਅਫਸਰ ਬਾਰੇ ਮਾਨ ਸਾਹਿਬ ਨੂੰ ਰਿਪੋਰਟ ਭੇਜ ਦਿਆਂਗੇ, ਇਹਦਾ ਕੀ ਕਰਨਾ ਆਪਣੇ ਆਪ ਦੇਖ ਲੈਣਗੇ। ਸਰ ਲੱਗਦਾ ਕਿ ਵੱਡੀ ਧਾਂਦਲੀ ਜਿਹੜੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਆ ਜੀ, ਮੈਂ ਤਾਂ ਔਨ ਰਿਕਾਰਡ ਤੁਹਾਨੂੰ, ਇਸ ਲਈ ਸਾਰਾ ਮੀਡੀਆ ਸਤਿਕਾਰਯੋਗ ਸਾਰੇ ਅਫਸਰ ਆ ਖੜੇ ਨੇ ਇੱਥੇ, ਸਭ ਦੇ ਸਾਹਮਣੇ ਖੁੱਲ੍ਹੀ ਕਿਤਾਬ ਹੈ। ਮੁੱਖ ਮੰਤਰੀ ਪੰਜਾਬ ਵੀ ਅੱਜ ਮੀਟਿੰਗ ਕਰ ਰਹੇ ਨੇ, ਬਿਲਕੁਲ ਕਰ ਰਹੇ ਨੇ, ਬੁੱਢੇ ਨਾਲੇ ਦੇ ਉੱਤੇ ਕਰ ਰਹੇ ਨੇ, ਔਰ ਸਾਨੂੰ ਮਾਣ ਆਪਣੇ ਮਾਣ 'ਤੇ। ਜਿਹੜਾ ਪਾਣੀ ਤੁਸੀਂ ਦਿਖਾਇਆ ਵੀਡੀਓ ਦੇ ਵਿੱਚ ਰਾਤ ਨੂੰ, ਆ ਤੁਹਾਡੇ ਸਾਹਮਣੇ ਪੈ ਰਿਹਾ ਸੀਗਾ, ਉਹ ਕਹਿੰਦੇ ਇਹ ਪਾਣੀ
ਆਪਣਾ ਪਿੱਛਾ ਛੁਡਾ ਰਹੇ ਨਾ, ਆਪਣੀ ਚੋਰੀ ਜਿਹੜੀ ਇਹਨਾਂ ਨੇ ਕੀਤੀ ਆ ਔਨ ਰਿਕਾਰਡ ਦਿਖਾ ਰਿਹਾ ਮੈਂ, ਜਾਓ ਜਾ ਕੇ ਦੁਬਾਰਾ ਚੈੱਕ ਕਰ ਲਓ। ਡੈਂਗਾ ਦੱਸਿਆ ਤੁਸੀਂ ਕਿ ਡੈਂਗਾ ਕਾਫੀ ਜਿਹੜੀ ਇੰਡੀਗਲ, ਹਾਂ ਬਿਲਕੁਲ, ਮੈਂ ਤਾਂ ਦੇਖੋ ਜਿਹੜੀਆਂ ਡੈਂਗਾ ਸੀਟੀਪੀ ਦੇ ਐਸਟੀਪੀ ਦੇ ਥਰੂ ਆਉਂਦੀਆਂ, ਠੀਕ ਆ, ਗੁੱਡ ਆ, ਸਾਰੀਆਂ ਡੈਂਗਾ ਮਾੜੀਆਂ ਨਹੀਂ ਹੈਗੀਆਂ। ਕੁਛ ਲੋਕ ਜਿਹੜੇ ਇਹਨਾਂ ਦੇ ਵਿੱਚੋਂ ਗਲਤ ਤਰੀਕੇ ਨਾਲ ਉਹਨੂੰ ਪਾਣੀ ਸੁੱਟਦੇ ਨੇ, ਡਾਇਰੈਕਟ ਸਾਡੀ ਲੜਾਈ ਉਹਨਾਂ ਨਾਲ ਆ ਕਿ ਵੀ ਉਹ ਕਿਰਪਾ ਕਰਕੇ ਪੰਜਾਬ 'ਤੇ ਸਾਡੇ ਲੋਕਾਂ 'ਤੇ ਰਹਿਮ ਕਰਨ, ਸਿਰਫ ਆਪਣੇ ਲਾਲਚ ਪਿੱਛੇ, ਆਪਣੇ ਘਰ ਦੇ ਲਾਲਚ ਪਿੱਛੇ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰਨ, ਸਾਰੀ ਸਾਡੀ ਸਰਕਾਰ ਨੂੰ ਬਦਨਾਮ ਨਾ ਕਰਨ। ਅਮਰ ਸਾਹਿਬ, ਜਿਹੜੇ ਡੈਰੀਆਂ ਦਾ ਤੁਸੀਂ ਗੱਲ ਕਰ ਰਹੇ ਹੋ, ਡੈਰੀਆਂ ਕੁਝ ਤਾਂ ਚਲੋ ਨੋਟ ਦੇ ਵਿੱਚ ਹੈਗੀਆਂ ਨੇ, ਪਰ ਕੁਝ ਜਿਹੜੀਆਂ ਮੁਹੱਲੇ ਦੇ ਵਿੱਚ ਕਈਆਂ ਨੇ ਘਰ ਦੇ ਵਿੱਚ ਪਸ਼ੂ ਰੱਖੇ ਹੋਏ ਨੇ, ਉਹ ਜਿਹੜੇ ਖੁੱਲੇ ਆਮ ਜਿਹੜਾ ਕਹਿ ਲਓ ਕਿ ਜਦੋਂ ਗੋਹਾ ਮੱਝਾਂ ਕਰਦੀਆਂ ਨੇ ਤਾਂ ਉਹ ਪਾਣੀ ਨਾਲ ਸਮਰਸੀਬਲ ਲੱਗੇ ਹੋਏ ਆ, ਪਾਣੀ ਨਾਲ ਉਹ ਸਿੱਧਾ ਨਾਲੇ 'ਚ ਸੁੱਟ ਦਿੱਤਾ ਜਾਂਦਾ। ਬਿਲਕੁਲ, ਅਸੀਂ ਉਹ ਡੈਰੀ ਵਾਲਿਆਂ ਦੇ ਉੱਤੇ ਵੀ ਅਸੀਂ ਉਹਨਾਂ ਨੂੰ ਰਿਕੁਐਸਟ ਲਾ ਰਹੇ ਹਾਂ ਵੀ ਤੁਸੀਂ ਵੀ ਆਪੋ ਆਪਣੇ ਭਾਈ ਪਲਾਂਟਾਂ 'ਤੇ ਭੇਜੋ ਗੋਹਾ, ਠੀਕ ਆ, ਪਲੱਸ ਡੈਂਗ ਵਾਲਿਆਂ ਨੂੰ ਰਿਕੁਐਸਟ ਲਾ ਰਹੇ ਭਾਈ ਤੁਸੀਂ ਸੀ ਟੀ ਪੀ ਦੇ ਥਰੂ ਟ੍ਰੀਟ ਕਰਕੇ ਪਾਣੀ ਪਾਓ, ਠੀਕ ਆ, ਪਲੱਸ ਜਿਹੜੀਆਂ ਛੋਟੀਆਂ ਇਕਾਈਆਂ ਨੇ ਉਹਨਾਂ ਨੂੰ ਕਿਰਪਾ ਕਰ ਰਹੇ ਹਾਂ ਤੁਸੀਂ ਵੀ ਨਾਲ ਜੁੜੋ, ਤਾਂ ਕਿ ਯਾਰ ਇਹ ਸਾਰਿਆਂ ਦਾ ਭਲਾ, ਇਕੱਲੇ ਗੁਰਪ੍ਰੀਤ ਗੋਗੀ ਦਾ ਨਹੀਂ ਹੈ, ਸਰਕਾਰ ਇਸ ਚੀਜ਼ ਲਈ ਬਹੁਤ ਸੀਰੀਅਸ ਹੈ। ਇੱਕ ਹੋਰ ਵੱਡਾ ਮੁੱਦਾ ਚੱਕਿਆ ਕਿ 12 ਤੋਂ 15 ਹਜ਼ਾਰ ਜਾਂ 20 ਹਜ਼ਾਰ ਜਿਹੜੇ ਨੇ ਛੋਟੇ ਯੂਨਿਟ ਘਰਾਂ 'ਚ ਲੱਗੇ ਨੇ ਜਿਹੜੇ ਕਿ ਕੈਮੀਕਲ ਵਾਲਾ ਪਾਣੀ ਸਿੱਧਾ ਪਾ ਰਹੇ, ਯੈਸ ਪਾ ਰਹੇ ਨੇ, ਮੈਨੂੰ ਕਿਹੜਾ ਸੁਪਨੇ ਆਉਂਦੇ ਨੇ, ਉਹਨੂੰ ਲੈ ਕੇ ਕਾਰਵਾਈ ਹੋ, ਨਹੀਂ ਕਾਰਵਾਈ ਨਹੀਂ, ਉਹਨਾਂ ਨੂੰ ਬੇਨਤੀ ਹੈ, ਉਹ ਵੀ ਆਪਣੇ ਪਰਿਵਾਰ ਨੇ ਰੋਟੀ ਤਾਂ ਉਹਨਾਂ ਨੇ ਵੀ ਖਾਣੀ ਆ, ਕਿ ਕਿਰਪਾ ਕਰਕੇ ਬੁੱਢੇ ਨਾਲੇ 'ਚ ਡਾਇਰੈਕਟ ਪਾਣੀ ਨਾ ਪਾਓ, ਸੀ ਟੀ ਪੀ ਦੇ ਥਰੂ ਆਪਣਾ ਪਾਣੀ ਭੇਜੋ, ਉਹਦੇ ਕਨੈਕਸ਼ਨ ਲਓ। 101% ਪੋਲਿਊਸ਼ਨ ਬੋਰਡ ਅਤੇ ਸੀਵਰੇਜ ਬੋਰਡ ਦੋਨੋਂ ਇਸ ਚੀਜ਼ ਦੇ ਪੱਕੇ ਅਤੇ ਪੱਕੇ ਗੁਨਾਹਗਾਰ ਨੇ, ਮੈਂ ਕਹਿ ਰਿਹਾ ਔਨ ਰਿਕਾਰਡ ਕੈਮਰੇ ਦੇ 'ਤੇ। ਕਿਸ਼ਤੀ ਚਲਾਈ ਨਹੀਂ ਸੀ, ਕਿਸ਼ਤੀ 'ਚ ਮੀਟਰ ਲੈ ਕੇ ਪਾਣੀ ਨਾਪਿਆ ਸੀ, ਚਲਾਉਣੀ ਮੈਨੂੰ ਕੋਈ ਸ਼ੌਕ ਨਹੀਂ, ਕੋਈ ਡੱਲ ਲੇਕ ਨਹੀਂ ਜਿੱਥੇ ਮੈਂ ਕਿਸ਼ਤੀ ਚਲਾਉਣੀ ਸੀ, ਮੀਟਰ ਲੈ ਕੇ ਗਿਆ ਸੀ ਆਪਣੀ ਜਾਨ ਜੋਖਮ 'ਚ ਪਾ ਕੇ ਕਿ ਚੱਲ ਜੇ ਮੈਨੂੰ ਕੁਛ ਤਾਂ ਕੋਈ ਨਹੀਂ, ਪੰਜਾਬ ਦੇ ਲੋਕ ਬਚਣ। ਪਰ ਕਹਿਣ ਦਾ ਮਤਲਬ ਆ ਸਾਡੀ ਸਰਕਾਰ ਪੂਰੀ ਸਟੇਟ, ਅੱਜ ਵੀ ਮਾਨ ਸਾਹਿਬ ਨੇ ਉੱਥੇ ਮੀਟਿੰਗ ਬੁਲਾਈ ਹੋਈ ਆ, ਬੁੱਢੇ ਨਾਲੇ ਦੇ ਉੱਤੇ ਡੇਲੀ ਮੀਟਿੰਗਾਂ ਚੱਲਦੀਆਂ ਨੇ, ਅਸੀਂ ਬਹੁਤ ਜਲਦੀ ਤੁਹਾਨੂੰ ਇਹਦਾ ਰਿਜ਼ਲਟ ਦੇਵਾਂਗੇ। ਸਰਕਾਰ ਚਾਹੁੰਦੀ ਆ ਲੋਕਾਂ ਦਾ ਭਲਾ ਹੋਵੇ, ਪਰ ਸਰਕਾਰ ਤਾਂ ਚਾਹੁੰਦੀ ਆ, ਸਰਕਾਰ ਤਾਂ ਚਾਹੁੰਦੀ ਆ ਜਿਹੜੀ ਇੱਦਾਂ ਦੇ ਵਿੱਚ ਬਲੈਕ ਸ਼ੀਪਸ ਨੇ, ਜਿਹੜੀਆਂ ਸ਼ਰਿਆਮ ਜਿਨ੍ਹਾਂ ਦੇ ਧੌਣ 'ਚ ਕਿੱਲਾ ਫਸਿਆ ਹੋਇਆ, ਸਰੀਆ ਫਸਿਆ ਹੋਇਆ, ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕਿੱਦਾਂ ਹਾਊ ਟੂ ਟਾਕ, ਠੀਕ ਹੈ ਨਾ, ਅਤੇ ਪ੍ਰੋਜੈਕਟ ਹੈ ਨਹੀਂ, ਨਹੀਂ ਐਕਚੁਲੀ ਇਹ 'ਚ ਜੋ MLA ਸਾਹਿਬ ਕਹਿ ਰਹੇ ਨੇ ਉਹ ਕਿਤ ਤੱਕ ਸਹੀ ਹੈਗਾ ਸਰ? ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਪਾਉਂਦਾ, ਜੋ ਵੀ ਡਿਪਾਰਟਮੈਂਟ ਦੇ ਜੋ ਇਹਦੇ ਵਿੱਚ ਟੈਕਨੀਕਲ ਵਿੰਗ ਹੈਗਾ ਉਹਦੇ 'ਤੇ ਇਹਦੇ 'ਤੇ ਜੋ ਹੈ ਕੰਮ ਕੀਤਾ ਜਾ ਰਿਹਾ। ਨਹੀਂ ਉਹ ਕਹਿ ਰਹੇ ਨੇ ਕਿ ਅਫਸਰਸ਼ਾਹੀ ਨੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ, ਇਸੇ ਕਰਕੇ ਅੱਜ ਤੱਕ ਇੱਥੇ ਕਾਰਵਾਈ ਨਹੀਂ ਹੋ ਪਾਈ। ਜੀ ਦੇਖੋ, ਇਹਦੇ 'ਚ ਜੋ ਡਿਪਾਰਟਮੈਂਟ ਦੀ ਟੈਕਨੀਕਲ ਟੀਮ ਹੈਗੀ ਹੈ ਉਹਦੇ 'ਤੇ ਕੰਮ ਕਰ ਰਹੀ ਹੈ, ਮੈਂ ਚੈੱਕ ਕਰਕੇ ਇਹਦੀ ਮੈਂ ਰਿਪੋਰਟ ਲੈ ਲੈਂਦਾ ਔਰ ਮੈਂ ਸਰ ਤੋਂ ਮੈਂ ਪ੍ਰਾਈਜ਼ ਕਰਵਾ ਦਿੰਦਾ। ਨਹੀਂ ਅਤੇ ਮਤਲਬ ਕਿ ਅੱਜ ਉਹਨਾਂ ਨੇ ਫਿਰ ਜਿਹੜੀ ਝਾੜ ਚਾਪੜ ਕੀਤੀ ਹੈ ਸਰ, ਤੁਹਾਡੇ ਹੀ ਡਿਪਾਰਟਮੈਂਟ ਦੇ ਲੋਕਾਂ ਦੀ ਕੀਤੀ ਆ, ਅਫਸਰਾਂ ਦੀ? PPCB ਦੀ ਜੋ ਸਰ ਨੇ ਗੱਲ ਕੀਤੀ ਹੈ ਤੁਸੀਂ ਨੋਟ ਹੀ ਕਰ ਲੈਣ, PPCB ਦੀ ਹੈ ਜਾਂ ਜਿਹੜੇ ਸੀਵਰੇਜ ਬੋਰਡ ਦੀ ਹੈਗੀ ਹੈ, ਲੈਟ ਮੀ ਸੀ, ਚੈੱਕ ਕਰ ਲੈਂਦੇ ਕੀ ਇਸ਼ੂ ਕੀ ਹੈ। ਇਹ 'ਚ ਮਤਲਬ ਕਿ ਸਰ, ਮਤਲਬ ਕਿ ਉਹ ਕਹਿ ਰਹੇ ਨੇ ਕਿ ਜੇਕਰ ਅਫਸਰ ਸਹੀ ਤਰੀਕੇ ਨਾਲ ਕੰਮ ਕਰਦੇ ਸਹੀ ਤਰੀਕੇ ਨਾਲ, ਕਿਉਂਕਿ ਜਿਹੜਾ ਲਾਸਟ ਟਾਈਮ ਵੀ ਉਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਔਰ ਇਸ ਚੀਜ਼ ਨੂੰ ਲੈ ਕੇ ਹਜੇ ਤੱਕ ਕਿਤੇ ਕੋਈ ਜ਼ਮੀਨੀ ਸਤਰ ਦੇ ਉੱਤੇ ਕੁਛ ਵੀ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਰਿਜ਼ਲਟ। ਦੇਖੋ ਕੁਛ ਵੀ ਇਹਦੇ 'ਤੇ ਜੋ ਵੀ ਕੰਮ ਹੋ ਰਿਹਾ ਹੈਗਾ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਹਦਾ ਅੱਛਾ ਰਿਜ਼ਲਟ ਮਿਲੇਗਾ। ਠੀਕ ਹੈ, ਜੋ ਗੁੱਡ ਨੇਮ ਸਰ, ਇੰਦਰਪਾਲ, ਜੁਆਇੰਟ ਕਮਿਸ਼ਨਰ।